ਜਪ ਨਿਰਾ ਨਿਰਾ ਜਪ ਸੰਪੂਰਨ ਨਹੀਂ ਫਲ ਜਿੰਨਾ ਚਿਰ ਜਪ ਦੇ ਨਾਲ ਤਪ ਨਹੀਂ ਰਹਿੰਦਾ ਕੱਲਾ ਜਪ ਇੱਕ ਖੰਭ ਹੈ ਪੰਖੀ ਦਾ ਨਹੀਂ ਉੱਡ ਸਕਦਾ ਜਪ ਤੇ ਨਾਲ ਤਪ ਕਦੀ ਉਹ ਦਿਨ ਵੀ ਆਉਂਦਾ ਹੈ ਜਦੋਂ ਜਪਣ ਨੂੰ ਚਿੱਤ ਨਹੀਂ ਕਰਦਾ ਜਾਂ ਕੋਈ ਮਜਬੂਰੀ ਹੋ ਜਾਂਦੀ ਜਾਂ ਕੋਈ ਮਿੱਤਰ ਆ ਜਾਂਦਾ ਹੈ ਫਿਰ ਸਾਰੀਆਂ ਮੁਸ਼ਕਲਾਂ ਨੂੰ ਲੰਘਦਾ ਸਾਰੇ ਜੱਖੜ ਚਾਗਦਾ ਜੱਖੜ ਚਾਗੀ ਮੀਓ ਵਰਸੈ ਵੀ ਗੁਰ ਦੇਖਣ ਜਾ ਜਿਹੜਾ ਉਸ ਦਿਨ ਨਿਤਨੇਮ ਕਰਨੇ ਇਹ ਤਪ ਕਰਨੇ ਜਿੰਨੀ ਨਾਮ ਤੇ ਆਇਆ ਸਿਰਫ ਨਾਮ ਨਹੀਂ ਗਏ ਮਸ਼ਕਤ ਖਾ ਨਾਮ ਜਪਣ ਵੇਲੇ ਮੁਸ਼ਕਤ ਆਮ ਮੁਸ਼ਕਤ ਇਹ ਨਹੀਂ ਹੁੰਦੀ ਹਰ ਰੋਜ਼ ਦੀ ਨਹੀਂ ਕਦੇ ਕਦੇ ਕੋਈ ਐਸਾ ਦਿਨ ਆਉਂਦਾ ਜਦੋਂ ਇਹ ਨਾਮ ਮੁਸ਼ਕਤ ਬਣ ਜਾਂਦਾ ਜਦੋਂ ਇਹ ਜਪ ਤਪ ਬਣ ਜਾਂਦਾ ਆਖੀਏ ਜਪ ਤਪ ਕਾ ਬੰਦ ਵੇੜਲਾ ਜੇ ਤੂੰ ਲੰਘਾਂ ਵਹੇਲਾ ਮਰਜ਼ੀ ਨਾਲ ਜਪ ਲਿਆ ਕਦੀ ਨਾ ਜਪਿਆ ਇਹ ਜਪ ਹੈ ਜਪਿਆ ਤਾਂ ਵਿਅਰਥ ਨਹੀਂ ਜਾਏਗਾ ਪਰ ਫਲ ਕਿਤਨਾ ਕੁ ਹੈ ਥੋੜਾ ਅਸੀਂ ਛੱਡ ਬਹਿੰਦੇ ਹਾਂ ਵੀ ਇੰਨਾ ਚਿਰ ਜਪਿਆ ਫਲਾਣਾ ਕੰਮ ਨਹੀਂ ਹੋਇਆ ਜੇ ਜਪ ਤਪ ਸਹਿਤ ਹੁੰਦਾ ਤਾਂ ਕਿਤਨਾ ਛੇਤੀ ਫਲਦਾ ਚੁੱਲ੍ਹੇ ਵਿੱਚ ਅੱਗ ਬਾਲ ਦਿੱਤੀ ਐਸ ਲੱਕੜੀ ਜਲ ਰਹੀ ਮਾਮੂਲੀ ਜਿੰਨੀ ਲਾਟ ਦੀਵੇ ਦਿੱਤੀ ਉੱਤੇ ਰੱਖਿਆ ਪਤੀਲਾ ਪਾਣੀ ਦਾ ਇਹ ਕਦੋਂ ਗਰਮ ਹੋਏਗਾ ਉਡੀਕਦਾ ਰਹੋ ਬੈਠਾ ਰਹੋ ਦੋ ਚੋਂ ਇੱਕ ਕੰਮ ਕਰਨਾ ਪਏਗਾ ਜਾਂ ਇਹ ਪਾਣੀ ਥੋੜਾ ਕਰ ਜਾਂ ਅੱਗ ਬਾਲ ਚੋਖੀ ਪਰ ਪਾਣੀ ਥੋੜਾ ਕੀਤੇ ਆ ਪਾਣੀ ਦੀ ਤਾਂ ਲੋੜ ਹੈ ਇਹ ਪਾਣੀ ਗਰਮ ਤਾਂ ਇਤਨਾ ਹੀ ਕਰਨਾ ਹੈ ਜਿਤਨਾ ਉੱਤੇ ਰੱਖਿਆ ਹੁਣ ਕਿਵੇਂ ਗਰਮ ਹੋਵੇ ਆਖਿਆ ਅੱਗ ਚੋਖੀ ਵਾਰ ਬ੍ਰਾਹਮਣ ਮਚਾ ਦੇ ਇੱਕ ਵਾਰ ਦੀਵੇ ਦੀ ਲਾਟ ਜਿੰਨੀ ਅੱਗ ਵਾਲੀ ਰੱਖੇਗਾ ਤਾਂ ਇਹ ਕਾਰਜ ਹੋਣਾ ਨਹੀਂ ਜੇ ਆਖੇ ਮੈਂ ਇੰਨਾ ਕੁ ਜਪ ਲਵਾਂ ਤੇ ਖਾਸ਼ਾਂ ਕਰ ਲਵਾਂ ਐਡੀਆਂ ਵੱਡੀਆਂ ਖਾਸ਼ਾਂ ਦੀਆਂ ਪੰਡਾਂ ਹੁਣ ਸਿਰ ਤੇ ਵੱਧੀਆਂ ਇਹ ਕਿਵੇਂ ਪੂਰੀਆਂ ਹੋਣਗੀਆਂ ਜਾਂ ਤੇ ਖਾਸ਼ਾਂ ਦੀ ਪੰਡ ਲਾ ਸੁੱਟ ਤੇ ਜਾਂ ਜਪਣ ਵਿੱਚ ਵਾਧਾ ਕਰ ਵਧੀਕ ਜਪ ਤੇ ਫਿਰ ਜਪਣ ਵਿੱਚ ਰੁਕਾਵਟਾਂ ਪੈਣਗੀਆਂ ਫਿਰ ਵੀ ਜਪ ਇਹ ਜਪ ਨਾਲ ਰਲ ਗਿਆ ਤਪ ਤਪ ਜਦੋਂ ਵੀ ਜਪ ਨਾਲ ਰਲੇਗਾ ਜਪ ਫਲੇਗਾ ਜਪ ਫਲ ਫਲਣ ਦਾ ਵੇਲਾ ਹੀ ਹੋਈ ਹੈ ਜਦੋਂ ਜਪ ਨਾਲ ਤਪ ਰਲਦਾ ਸਾਡੇ ਤੇ ਜਰਾ ਕੁ ਬੋਝ ਪੈ ਜਾਏ ਝਟ ਲਿਖ ਜਾਂਦੀ ਜਰਾ ਜ਼ਰੂਰੀ ਕੰਮ ਪੈ ਗਿਆ ਸਭ ਤੋਂ ਪਹਿਲਾਂ ਅਸੀਂ ਜਪਣਾ ਛੱਡਿਆ ਕਿਉਂਕਿ ਸਾਡੀ ਨਿਗਾਹ ਵਿੱਚ ਬਾਕੀ ਕੰਮ ਤਾਂ ਸਾਰੇ ਕੰਮ ਦੇ ਹਨ ਨਿਕੰਮਾ ਕੰਮ ਹੈ ਤਾਂ ਇੱਕ ਨਾਮ ਜਪਣ ਭਈ ਬਾਕੀ ਕੰਮ ਤੇ ਨਹੀਂ ਨਾ ਪੋਸਟਪੋਨ ਹੋ ਸਕਦੇ ਬਾਕੀ ਕੰਮ ਨਹੀਂ ਤੇ ਅੱਗੇ ਜਾ ਸਕਦੇ ਬਾਕੀ ਤਾਂ ਸਾਰੇ ਕਰਨੇ ਹਨ ਕੀਤੇ ਹਨ ਇੱਕ ਨਹੀਂ ਕੀਤਾ ਕਿਹੜਾ ਨਿਤਨੇਮ ਨਹੀਂ ਕੀਤਾ ਫਿਰ ਜਿਤਨੀ ਕੁ ਨਿਤਨੇਮ ਤੇ ਪਾਵਨਾ ਸੀ ਨਿਤਨੇਮ ਨੇ ਉਤਨਾ ਹੀ ਫਲ ਦੇਣਾ ਸੀ ਤਾਂ ਹੀ ਨਾਮਦੇਵ ਜੀ ਆਖਦੇ ਨਾ ਰਾਮ ਸੰਗ ਨਾਮਦੇਵ ਜਨ ਕੋ ਪ੍ਰਤਿਗਿਆ ਆਏ ਨਾਮ ਸੰਗ ਜਿਸ ਕਾ ਮਨ ਮਾਨਿਆ
ਨਾਨਕ ਤਿਨੇ ਨਿਰੰਜਨ ਜਾਣੇ। ਮਨ ਨਹੀਂ ਨਾ ਮੰਨਿਆ ਵੀ ਇਹ ਜ਼ਰੂਰੀ ਕੰਮ ਹੈ, ਇਹ ਕਰਨ ਵਾਲਾ, ਔਰ ਮੈਂ ਇਹ ਕੰਮ ਕਰਨ ਵਾਸਤੇ ਹੀ ਸੰਸਾਰ ਵਿੱਚ ਆਇਆ। ਇਹ ਮਨ ਕੌਣ ਮਨਾਉਂਦਾ? ਕੋਈ ਕਰਨੀ ਵਾਲਾ। ਉਹ ਜਿਹਨੇ ਆਪਣਾ ਮਨ ਮਨਾ ਲਿਆ, ਜਿਹੜੇ ਮਨ ਮਨਾ ਕੇ ਦੂਰੋਂ ਆਉਂਦੇ ਹਨ, ਜਿਹੜੇ ਇਸੇ ਵਾਸਤੇ ਆਉਂਦੇ ਹਨ ਕਿ ਜਨ ਆਵਨ ਕਾ ਇਹ ਹੈ ਸੁਆਉ, ਜਨ ਕੇ ਸੰਗ ਚਿਤ ਆਵੇ ਨਾਉ, ਉਹ ਨਾਮ ਦੀ ਕੀਮਤ ਬਤਾ ਦਿੰਦੇ, ਨਾਮ ਦੀ ਕੀਮਤ ਦੱਸ ਦਿੰਦੇ ਹਨ। ਨਾਮ ਆਹ ਔਰ ਇਸਦੀ ਆਹ ਕੀਮਤ ਹੈ, ਜੇ ਤੇ ਕੀਮਤ ਪੂਰੀ ਦੇ ਦੇਵੇਗਾ ਤੇ ਨਾਮ ਤੇਰਾ ਹੈ। ਜਿੱਦਣ ਤੂੰ ਕੀਮਤ 'ਚ ਸਰਫਾ ਕਰ ਲਿਆ, ਸਾਈਂ ਨੇ ਆਪਣਾ ਨਾਮ ਮੋੜ ਲਿਆ। ਜਪ ਤਪ ਕਾ ਬੰਦ ਵੇੜ ਲਾ, ਜਿਤ ਲੰਘੇ ਵਹੇਲਾ। ਜੇ ਪਾਰ ਉਤਰ ਨਹੀਂ ਤਾਂ ਜਪ ਤਪ ਦਾ ਵੇੜਾ ਬੰਨ, ਕੱਲਾ ਤਰ ਗਿਓ ਕਿਹੜੀ ਵੱਡੀ ਗੱਲ ਹੈ, ਕੋਈ ਵੇੜਾ ਬੰਨ ਜਿਸ ਵੇੜੇ ਤੇ ਅਣਗਿਰਤ ਪਾਰ ਹੋ ਸਕਣ, ਐਸਾ ਵੇੜਾ ਬਣ ਜਾ ਤੋ ਬੱਧਾ ਬਾਬਾ ਜੀ। ਜਿੰਨਾ ਚਿਰ ਖੁਦ ਜਪਦਾ ਨਹੀਂ ਵੇੜਾ ਨਹੀਂ ਵੱਜਦਾ। ਜਿਤਨਾ ਕੋਈ ਜਪਦਾ, ਜਿਹੜੀ ਕਮਾਈ ਕਰਦਾ, ਉਤਨਾ ਹੀ ਉਸਦਾ ਵੇੜਾ ਵੱਡਾ ਹੁੰਦਾ। ਉਸ ਵੱਡੇ ਵੇੜੇ ਵਿੱਚ ਉਤਨੇ ਹੀ ਪਾਰ ਉਤਰਨ ਵਾਲੇ ਹੁੰਦੇ। ਆਪ ਤਰ ਜਾਣਾ ਤਾਂ ਗੱਲ ਹੀ ਵੱਡੀ ਕਰੀ, ਆਪ ਤਰਨ ਵਾਸਤੇ ਤਾਂ ਸਤਸੰਗ ਦੀ ਘੜੀ ਅੱਧੀ ਘੜੀ ਅੱਧੀਓਂ ਅੱਧੀ ਵੀ ਕਾਫੀ। ਇੱਕ ਘੜੀ ਆਧੀ ਘੜੀ ਆਧੀ ਹੂੰ ਫੁਨ ਆਦ ਪਰ ਆਪ ਤਰਨ ਵਾਸਤੇ, ਤੇ ਜੇ ਤਾਰਨਾ ਹੋਵੇ ਕਿਸੇ ਨੂੰ ਕਿ ਕੇ ਦੁੱਕੇ ਨੂੰ, ਤਾਂ ਫਿਰ ਆਧੀਓਂ ਆਧ ਨਹੀਂ ਅੱਧੀ। ਜੇ ਕੁਛ ਵਧੀਕ ਤਾਰਨੇ ਹੋਣ ਤਾਂ ਇੱਕ ਘੜੀ, ਤੇ ਜੇ ਆਖੇ ਮੈਂ ਜਹਾਜ਼ ਬਣਾਵਾਂ ਤੇ ਤਾਰਾਂ ਦੁਨੀਆਂ ਨੂੰ, ਤਾਂ ਫਿਰ ਬਾਬਾ ਜੀ ਵਾਂਗੂ ਕਮਾਏ। ਬਾਬਾ ਬਣ ਜਾਣਾ ਤਾਂ ਬੜਾ ਸੌਖਾ ਹੈ, ਚੌਬੰਦਿਆਂ ਨੇ ਕਹਿ ਕੇ ਮੱਥਾ ਹੀ ਟੇਕ ਦੇਣਾ, ਪਰ ਉਹ ਵਿਹੜਾ ਬਣਨਾ ਜਿਸ ਵਿਹੜੇ ਤੇ ਅਨੇਕਾਂ ਮੇਰੇ ਵਰਗੇ ਅੰਨ ਤਾਰੂ ਜਿਹੜੇ ਪਾਣੀ ਵਿੱਚ ਪਏ ਤੇ ਗਰਕ ਗਏ, ਜਿਨ੍ਹਾਂ ਨੂੰ ਤਰਨਾ ਨਾ ਆਇਆ, ਉਹ ਸਦਕੇ ਵਿਹੜੇ ਦੇ ਪਾਰ ਉਤਰ ਜਾਂਦੇ। ਨਹੀਂ ਤਰਨਾ ਆਉਂਦਾ ਉਹ ਬਹਿ ਜਾ, ਉਹ ਵਿਹੜਾ ਆ ਰਿਹਾ ਚੜ ਜਾ। ਜੋ ਇਸ ਵਿਹੜੇ ਚੜ ਗਿਆ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਹੈ ਤਾਂ ਜਹਾਜ਼ ਨਾਮ ਦਾ, ਪਰ ਬਣਦਾ ਕੋਈ ਕੋਈ, ਉਹ ਬਣਦਾ ਜਿਸਨੇ ਸਵਾਸ ਸਵਾਸ ਜਪਿਆ ਹੋਵੇ ਸ੍ਰੀ ਵਾਹਿਗੁਰੂ। ਨਹੀਂ ਤੇ ਬੇੜੇ ਵੀ ਕਈਆਂ ਨੇ ਬੱਧੇ, ਚੜਾਏ ਵੀ ਬਥੇਰੇ, ਆਪ ਵੀ ਡੁੱਬੇ, ਬੇੜਾ ਵੀ ਡੁੱਬਿਆ ਤੇ ਚੜੇ ਹੋਏ ਵੀ ਡੁੱਬ ਗਏ। ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਬਾਹਮਣ ਗੁਰੂ ਹੈ ਜਗਤ ਕਾ, ਕਿਉਂਕਿ ਇਸਦਾ ਸੰਬੰਧ ਸਿਰਫ ਸੁਣਾਵਣ ਦਾ। ਚਾਰ ਅੱਖਰ ਜਿਹੜੇ ਪੜ੍ਹਿਆ ਪੜ੍ਹ ਕੇ ਸੁਣਾਉਂਦਾ, ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਹੀਂ, ਭਗਤਾਂ ਦਾ ਗੁਰੂ ਨਹੀਂ, ਭਗਤਾਂ ਦਾ ਗੁਰੂ ਜਿੱਥੇ ਭਗਤੀ ਚਿਤ ਆਵੇ, ਜਿੱਥੇ ਭਗਤੀ ਦਾ ਉਤਸ਼ਾਹ ਵਧੇ, ਜਿੱਥੇ ਭਗਤੀ ਕਰਨ ਨੂੰ ਜੀ ਕਰੇ। ਬਾਬਾ ਜੀ ਦੀਆਂ ਅੱਜ ਵੀ ਸਾਖੀਆਂ ਜਿਹੜਾ ਪੜ੍ਹੇ ਸੁਣੇਗਾ, ਉਹਦਾ ਜੀ ਕਰੇਗਾ ਮੈਂ ਅੰਮ੍ਰਿਤ ਵੇਲੇ ਉੱਠਾਂ, ਉਹਦਾ ਜੀ ਕਰੇਗਾ ਮੈਂ ਨਾਮ ਜਪਾਂ, ਉਸਦਾ ਚਿੱਤ ਕਰੇਗਾ ਮੈਂ ਸੰਗਤ 'ਚ ਜਾਵਾਂ। ਕਿਉਂਕਿ ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰੱਖਿਓ ਚੀਤ। ਜੀਵਤ ਤਾਂ ਕਈਆਂ ਨੇ ਸੇਵਿਆ ਹੋਏਗਾ, ਚਲਤੇ ਚੀਤ ਰੱਖਣਾ ਇਹ ਵੱਡੀ ਗੱਲ ਹੈ। ਜਿਨ੍ਹਾਂ ਨੇ ਚਲਤੇ ਵੀ ਚਿੱਤ ਰੱਖਿਆ, ਜਿਉਂਦਿਆਂ ਵੀ ਸਾਹਿਬ ਜਿਨ੍ਹਾਂ ਨੇ ਸੇਵਿਆ, ਉਹਨਾਂ ਦਾ ਵਿਹੜਾ ਵੱਡਾ। ਉਸ ਵਿਹੜੇ 'ਤੇ ਕੋਈ ਵੀ ਚੜ੍ਹੇਗਾ ਬੇਖਤਰ ਚੜ੍ਹ ਜਾਏ, ਇਹ ਵਿਹੜਾ ਡੁੱਬਣ ਵਾਲਾ ਨਹੀਂ, ਇਹ ਤਰਨ ਵਾਲਾ।
ਇਹ ਪਾਰ ਉਤਾਰਨ ਵਾਲਾ। ਸਾਹਿਬ ਆਖਦੇ ਨੇ ਜਪ ਤਪ ਕਾ ਬੰਦ ਬੇੜ ਲਾ, ਬੰਦ ਕਰ ਦੋ ਕੀ ਤਮਾਸ਼ੇ ਬਣ ਗਏ। ਜਪ ਤਪ ਕਾ ਬੰਦ ਬੇੜ ਲਾ ਜਿਤ ਲੰਘੇ ਵਹੇਲਾ, ਕਿੱਡਾ ਉਲਾਂਭਾ ਪਿਆ ਦਿੰਦਾ ਫਰੀਦ, ਓਏ ਬੇੜਾ ਬੰਦ ਨਾ ਸਕਿਓ ਬੰਦਨੇ ਕੀ ਬੇਲਾ, ਬਰ ਸਰਵਰ ਜਬ ਉਛਲੇ ਤਬ ਤਨ ਦਹੇਲਾ। ਜਿਸ ਵੇਲੇ ਸਰਵਰ ਉਛਲੇਗਾ, ਜਿਸ ਵੇਲੇ ਸਾਗਰ ਲਹਿਰੀ ਦੇ, ਉਸ ਵੇਲੇ ਤੈਨੂੰ ਪਤਾ ਹੈ ਉੱਥੇ ਕੌਣ ਕੌਣ ਖੜੋਤੇ ਰਹਿੰਦੇ ਹਨ। ਨਾਨਕ ਉੱਥੇ ਜਾਣੀਏ ਸਾਹ ਕੇ ਹੀ ਪਾਤਸ਼ਾਹ, ਕਈ ਸ਼ਾਹ ਪਾਤਸ਼ਾਹ ਆ ਜਿਹਨਾਂ ਨੂੰ ਵੇਖ ਕੇ ਸਮਝਦੇ ਹਾਂ ਅਸੀਂ ਬੜੇ ਸੁਖੀਏ ਹਨ, ਬਈ ਇਹਨਾਂ ਨੂੰ ਧਨ ਦਾ ਤੋਟਾ ਕੋਈ ਨੀ, ਮੋਟਰਾਂ ਤੇ ਚੜੇ ਫਿਰਦੇ, ਇਹਨਾਂ ਨੂੰ ਕਿਹੜੀ ਪਰਵਾਹ ਤੇ ਕਿਹੜੀ ਮਸਾਜੀ ਹੈ ਕਿਸੇ ਦੀ। ਪਰ ਸਾਹਿਬ ਆਖਦੇ ਨੇ ਅੱਗੇ ਗਏ ਸੰਜਾ ਪਤਨ, ਚੋਟਾਂ ਖਾਸੀ ਕੌਣ ਜਿਹਨਾਂ ਨੂੰ ਇਹ ਬੇੜਾ ਨਸੀਬ ਨਹੀਂ ਹੋਇਆ ਬਾਬੇ ਨੰਦ ਸਿੰਘ ਦਾ, ਉਹਨਾਂ ਦਾ ਉੱਥੇ ਪਤਾ ਲੱਗੇਗਾ। ਬੇੜਾ ਬੰਦ ਨਾ ਸਕਿਓ ਬੰਦ ਨੇ ਕੀ ਬੇੜਾ। ਬਾਬੇ ਨੰਦ ਸਿੰਘ ਨੂੰ ਅਸੀਂ ਕਿਉਂ ਸਲਾਹੁੰਦੇ ਹਾਂ ਕਿ ਬਿਨਾਂ ਨਾਮ ਦੇ ਕੋਈ ਗੱਲ ਹੀ ਨਹੀਂ। ਤੇ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ ਤਾਂ ਸਾਨੂੰ ਚਾਨਣ ਹੁੰਦਾ ਕਿ ਬਿਨਾਂ ਨਾਮ ਤੋਂ ਕੋਈ ਅੱਖਰ ਨਹੀਂ ਦਿੱਤਾ। ਤਾਂ ਹੀ ਬਾਬਾ ਜੀ ਆਂਦੇ ਸਨ ਮਹਾਂਪੁਰਖ ਦਾ ਜੀਵਨ ਕੀ ਹੈ, ਆਂਦੇ ਸਨ ਮਹਾਂਪੁਰਖ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਹੈ। ਮਹਾਂਪੁਰਖ ਦੇ ਜੀਵਨ ਲਿਖਣ ਦੀ ਕੀ ਲੋੜ ਹੈ, ਆ ਸਾਖੀਆਂ ਕਰਾਮਾਤਾਂ ਹੋਣੀਆਂ ਨੇ ਹੋਣੀਆਂ ਵਰਤਾ ਕੇ ਦੱਸਣੀਆਂ, ਇਹ ਕਿਹੜੀ ਵੱਡੀ ਗੱਲ ਹੈ। ਮਹਾਂਪੁਰਖ ਦਾ ਅਸਲ ਜੀਵਨ ਹੈ ਗੁਰੂ ਗ੍ਰੰਥ ਸਾਹਿਬ, ਜੋ ਗੁਰੂ ਗ੍ਰੰਥ ਸਾਹਿਬ ਪਿਆ ਬੋਲਦਾ ਮਹਾਂਪੁਰਖ ਦਾ ਉਹ ਜੀਵਨ ਹੈ। ਜੇ ਇਹ ਅੱਖਰ ਮਹਾਂਪੁਰਖ ਦੇ ਜੀਵਨ ਵਿੱਚ ਘਟਦੇ ਹਨ ਤਾਂ ਇਹ ਮਹਾਂਪੁਰਖ ਹੈ, ਜੇ ਅੱਖਰ ਨਹੀਂ ਘਟਦੇ ਤਾਂ ਇਹ ਮਹਾਂਪੁਰਖ ਨਹੀਂ, ਇਹ ਕੋਈ ਠੱਗੀ ਹੈ ਦੁਨੀਆਂ ਨਾਲ, ਇਹ ਬੇੜਾ ਨਹੀਂ, ਇਹ ਜਹਾਜ਼ ਨਹੀਂ, ਇਹ ਤਾਰਨ ਵਾਲਾ ਨਹੀਂ। ਮਤ ਯਕੀਨ ਕਰੋ ਪਤਾ ਨਹੀਂ ਇਹ ਕਿੱਥੇ ਡੁੱਬੇ, ਕਿਉਂਕਿ ਆਪ ਡੁੱਬੇ ਚੋ ਬੇਦਮੇ ਚੇਲੇ ਦੀ ਇਹ ਬਹਾਰ, ਆਪ ਡੁੱਬ ਗਏ ਚੇਲੇ ਰੁੜ ਗਏ। ਜਪ ਤਪ ਦਾ ਬੇੜਾ ਨਾ ਬਣੇ, ਫਰੀਦ ਆਖਦਾ ਬੇੜਾ ਬੰਦ ਨਾ ਸਕਿਓ ਬੰਦਨੇ ਕੀ ਵੇਲਾ, ਬੰਧਨ ਦਾ ਵੇਲਾ ਸੀ ਤੂੰ ਬੱਧਾ ਨਾ, ਜੇ ਨਹੀਂ ਸੀ ਬਣ ਸਕਿਆ ਤਾਂ ਕਿਸੇ ਵੇੜੇ ਚੜੀ ਜਾਂਦਾ। ਅਵਲ ਤੇ ਮੋਟਰ ਆਪਣੀ ਹੋਵੇ ਪਰ ਕਿਸੇ ਆਪਣੇ ਦੀ ਹੋਵੇ ਜਿੱਥੇ ਲੋੜ ਵੇਲੇ ਬੰਦਾ ਚੜ ਸਕੇ। ਅਵਲ ਤੇ ਆਪ ਜਪ ਤਪ ਕਰ ਇਤਨਾ ਕਿ ਬੇੜਾ ਰੂਪ ਹੋ ਜਾ, ਇਤਨਾ ਨਹੀਂ ਕਰ ਸਕਦਾ ਤਾਂ ਬਚਨ ਕਮਾ ਲੈ ਉਹਨਾਂ ਦਾ ਸੰਤੋ ਸਾਗਰ ਪਾਰ ਉਤਰ ਗਏ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਧਰੀਏ, ਗੁਰੂ ਦੀ ਕਿਰਪਾ ਨਾਲ ਸੰਤਾਂ ਦਾ ਬਚਨ ਕਮਾਉਣ ਵਾਲਾ ਬਚਨ ਉਹਨਾਂ ਦਾ ਇੱਕ ਹੈ ਜਪ ਸ੍ਰੀ ਵਾਹ, ਹਰ ਪੂਰਨਮਾਸ਼ੀ ਪ੍ਰਸਾਦ ਵਰਤਣਾ। ਉੱਠੋ ਬਈ ਸਭ ਤੋਂ ਪਹਿਲਾਂ ਕੌਣ ਝੋਲੀ ਵਰਦਾ, ਪਟਿਆਲੇ ਦੇ ਰਾਜੇ ਦਾ ਕਦੀ ਕੋਈ ਵਜ਼ੀਰ, ਕਦੀ ਕੋਈ ਅਹਿਲਕਾਰ, ਕਦੀ ਕੋਈ ਖੁਦ ਰਾਜਾ, ਨਾਲ ਅਮੀਰ ਵਜ਼ੀਰ ਅਹਿਲਕਾਰ ਅਡੀਤੇ ਹੋਏ, ਸੰਗਤ ਵਿੱਚ ਬੈਠਾ ਹੋਇਆ। ਜਿਸ ਵੇਲੇ ਪ੍ਰਸਾਦ ਵਰਤਣ ਦੀ ਵਾਰੀ ਆਈ ਚੌਲੀ ਅੱਡ ਕੇ ਖੜੋ ਗਿਆ, ਕਿਉਂਕਿ ਉੱਥੋਂ ਦਾ ਪ੍ਰਸਾਦ ਜਿਹਨੂੰ ਦਰਗਾਹੀ ਪ੍ਰਸਾਦ ਆਖਦੇ ਸਨ, ਛੀ ਮਾਲਾ ਪਹਿਲੀ ਪੌੜੀ ਦਾ ਜਾਪ, ਇਹ ਟਿਕਟ, ਇਹ ਟਿਕਟ ਜ਼ਰੂਰ ਜ਼ਰੂਰ ਪੱਲੇ ਬੰਨਣਾ। ਬਾਬਾ ਜੀ ਆਖਣ ਲੱਗੇ ਜਿਹਨਾਂ ਦੇ ਕੋਲ ਛੀ ਮਾਲਾ ਪਹਿਲੀ ਪੌੜੀ ਦਾ ਟਿਕਟ ਹੈ ਉਸਦਾ ਮੇਰਾ ਗੁਰੂ ਨਾਨਕ ਸਾਹਮਣ ਨਰਕ ਵਿੱਚ ਨਹੀਂ ਜਾਏਗਾ, ਨਹੀਂ ਜਾਏਗਾ। ਟਿਕਟ ਜੋ ਕੋਲ, ਜਿਹਦੇ ਕੋਲ ਟਿਕਟ ਹੈ ਤੇ ਵੇੜੇ ਵਾਲਾ ਮੌਜੂਦ ਹੈ।
ਦੇ ਰਿਹਾ ਆਪ ਟਿਕਟ ਆਪਣੇ ਬੇੜੇ ਦੀ ਤੇ ਕਿਵੇਂ ਨਾ ਪਾਰ ਉਤਾਰੇਗਾ। ਫਰੀਦ ਜੀ ਆਖਦੇ ਨੇ ਬੇੜਾ ਬੇੜਾ ਬੰਦ ਨਾ ਸਕਿਆ, ਬੰਧਨੇ ਕੀ ਬੇਲਾ, ਉਹ ਬੇੜਾ ਬੰਨਣ ਦਾ ਵੇਲਾ ਸੀ, ਤੈਨੂੰ ਮਨੁੱਖ ਜਨਮ ਮਿਲਿਆ ਹੀ ਇਸੇ ਵਾਸਤੇ ਸੀ। ਅੰਦਲੇ ਕਿਆ ਪਾਇਆ ਜਗ ਆਏ, ਅੰਦਲੇ ਕਿਆ ਪਾਇਆ ਜਗ ਆਏ, ਹਿਰਦੇ ਰਾਮ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗਵਰ, ਨਾ ਮਨ ਵਿੱਚ ਨਾਮ ਵਸਾਇਆ, ਨਾ ਗੁਰੂ ਦੀ ਸੇਵਾ ਕੀਤੀ ਨਾਮ ਲੈਣ ਵਾਸਤੇ, ਜਿਹੜਾ ਮੂਲ ਲੈ ਕੇ ਆਇਆ ਸੀ ਮਨੁੱਖ ਜਨਮ ਦਾ ਉਹ ਵੀ ਗਵਾ ਚੱਲੀ। ਸਦਕੇ ਉਸ ਮੂਲ ਦੇ ਮਿਲਦਾ ਹੈ ਮਨੁੱਖ ਜਨਮ, ਤੇ ਮੂਲ ਸਫਲ ਉਸਦਾ ਜਿਹਨੇ ਮਨੁੱਖ ਜਨਮ ਸਫਲ ਕੀਤਾ। ਬੇੜੇ ਚੜ ਗਏ, ਟਿਕਟ ਪੱਲੇ ਬੰਨ ਲਿਆ, ਜਪ ਰਿਹਾ ਸ੍ਰੀ ਵਾਹਿਗੁਰੂ, ਨਹੀਂ ਜਪ ਰਿਹਾ ਤਾਂ ਫਰੀਦ ਦੀ ਪੁਕਾਰ ਸੁਣੇ ਭਾਈ